ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦਾ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਜ਼ੂ ਜ਼ੂ ਇਹ ਪੈਂਦਾ ਹੈ ਨਾਰਥਰਨ ਆਇਲੈਂਡ ਦੀ ਕੈਪੀਟਲ ਬੈਲਫਾਸਟ ਦੇ ਵਿੱਚ ਤੇ ਜਿਹਦਾ ਨਾਮ ਹੈ ਬੈਲਫਾਸਟ ਜ਼ੂ ਸੋ ਜੇ ਤੁਸੀਂ ਵੀਡੀਓ ਨੂੰ ਐਂਡ ਤੱਕ ਦੇਖੋਗੇ ਤੇ ਮੈਂ ਜੂ ਦਾ ਨਾਮ ਤੇ ਜਗਾ ਮੈਂਸ਼ਨ ਕਰਦਾਗਾ ਸੋ ਇਹ ਜੂ ਦੇ ਅੰਦਰ ਜਾਣ ਲਈ ਤੁਹਾਨੂੰ ਲੈਣੀ ਪੈਣੀ ਹੈ ਐਂਟਰੀ ਟਿਕਟ ਐਂਟਰੀ ਟਿਕਟ ਜੋ ਕਿ ਤੁਸੀਂ ਲੈ ਸਕਦੇ ਹੋ ਕਾਊਂਟਰ ਤੋਂ ਤੇ ਜਾਂ ਤੁਸੀਂ ਆਨਲਾਈਨ ਵੀ ਬਾਏ ਕਰ ਸਕਦੇ ਹੋ ਸੋ ਟਿਕਟ ਤੇ ਪ੍ਰਾਈਸ ਇਸ ਐਦਾਂ ਕਿ ਜਿਹੜੇ ਅੰਡਰ 4 ਆ ਉਹਨਾਂ ਵਾਸਤੇ ਤੇ ਐਬਸੋਲੂਟਲੀ ਫ੍ਰੀ ਹੈ ਤੇ ਜਿਹੜੇ 4 ਸਾਲ ਤੋਂ ਲੈ ਕੇ 16 ਸਾਲ ਦੇ ਵਿੱਚ ਉਹਨਾਂ ਨੂੰ 7 ਪਾਉਂਡ ਪਰ ਪਰਸਨ ਐਂਟਰੀ ਦੇਣੀ ਪੈਣੀ ਹੈ ਤੇ ਜਿਹੜੇ 16 ਸਾਲ ਤੋਂ ਉੱਪਰ ਹੈ ਉਹਨਾਂ ਲਈ 14 ਪਾਉਂਡ ਪਰ ਪਰਸਨ ਐਂਟਰੀ ਫੀਸ ਹੈ ਸੋ ਜ਼ੂ ਦੇ ਅੰਦਰ ਪਾਰਕਿੰਗ ਬਿਲਕੁਲ ਫ੍ਰੀ ਹੈ ਸੋ ਜ਼ੂ ਦੇ ਅੰਦਰ ਕੋ ਮੰਨ ਲੀ ਤਕਰੀਬਨ ਤੁਹਾਨੂੰ 3 ਤੋਂ 4 ਘੰਟੇ ਦਾ ਸਮਾਂ ਚਾਹੀਦਾ ਹੈ ਜੇ ਤੁਸੀਂ ਬੱਚਿਆਂ ਦੇ ਨਾਲ ਹੋ ਤਾਂ ਸਮਾਂ ਥੋੜਾ ਜਿਹਾ ਜ਼ਿਆਦਾ ਵੀ ਲੱਗ ਸਕਦਾ ਹੈ ਲੇਕਿਨ ਤਕਰੀਬਨ 3 ਘੰਟੇ ਦਾ ਸਮਾਂ ਚਾਹੀਦਾ ਸੋ ਜ਼ੂ ਦੇ ਅੰਦਰ ਤਕਰੀਬਨ ਇਹਨਾਂ ਨੇ ਹਰ ਤਰ੍ਹਾਂ ਦੇ ਜਾਨਵਰ ਰੱਖੇ ਆ ਲਾਈਕ ਸਮੁੰਦਰੀ ਜਾਨਵਰ ਇਹ ਦੂਸਰੇ ਵੱਡੇ ਜਾਨਵਰ ਛੋਟੇ ਜਾਨਵਰ ਪੰਛੀ ਵਗੈਰਾ ਹਰ ਕਿਸਮ ਦਾ ਤਕਰੀਬਨ ਇਹਨਾਂ ਕੋਲ ਜਾਨਵਰ ਹੈਗਾ ਸੋ ਜਿਹੜੇ ਖਤਰਨਾਕ ਜਾਨਵਰ ਹੈ ਜਿੱਦਾਂ ਕਿ ਸ਼ੇਰ ਹੋਗੇ ਆ ਭਾਲੂ ਹੋਗੇ ਉਹਨਾਂ ਨੇ ਬਹੁਤ ਹੀ ਜ਼ਿਆਦਾ ਸੇਫਟੀ ਦੇ ਨਾਲ ਰੱਖਿਆ ਕਿ ਐਦਾਂ ਨਹੀਂ ਹੈਗਾ ਕਿ ਉਹ ਕਿਸੇ ਨੂੰ ਹਾਮ ਕਰ ਸਕਣ ਜਾਂ ਉਹ ਟੱਪ ਕੇ ਬਾਹਰ ਆ ਜਾਣ ਜਬ ਬੰਦਾ ਦੇਖਦੇ ਸਮੇਂ ਕਿਸੇ ਦਾ ਪੈਰ ਸਲਿੱਪ ਹੋ ਜੇ ਤੇ ਉਹ ਅੰਦਰ ਡਿੱਗ ਜੇ ਨਹੀਂ ਉਹ ਜਾਨਵਰ ਬਹੁਤ ਹਨ ਨੇ ਸੇਫਟੀ ਦੇ ਨਾਲ ਰੱਖਿਆ ਸੋ ਜ਼ੂ ਬਹੁਤ ਹੀ ਜ਼ਿਆਦਾ ਸੋਹਣਾ ਤੇ ਬਹੁਤ ਹੀ ਵੱਡਾ ਜ਼ੂ ਹੈ ਜੇ ਤੁਸੀਂ ਫੈਮਿਲੀ ਦੇ ਨਾਲ ਆਣਾ ਜਾਂ ਬੱਚਿਆਂ ਦੇ ਨਾਲ ਆਣਾ ਮਸਟ ਵਿਜ਼ਿਟ ਕਰਿਓ ਸੋ ਆਈ ਹੋਪ ਤੁਸੀਂ ਮੇਰੀ ਵੀਡੀਓ ਨੂੰ ਲਾਈਕ ਕੀਤਾ ਹੋਣਾ ਐਂਡ ਥੈਂਕ ਯੂ ਵੈਰੀ ਮੱਚ ਇਨ ਐਡਵਾਂਸ ਫॉर ਵਾਚਿੰਗ ਮਾਈ ਵੀਡੀਓ